प्यारे विद्यार्थियों, अपना टॉपिक एक चल रहा है प्राचीन भारतीय इतिहास दे सोमे, जिन्हां दे विचों आपां हिंदू साहित ते बोधी साहित दे बारे चर्चा कर चुके हैं। हुण आपां आ गया जैन महावीर के जैनियां दा जो साहित है, जैनियां दे धार्मिक ग्रंथां दे बारे अज गल करन जा रहे हैं। इस तस्वीर दे विच तुहानू महावीर जैन दिखाई दे रहे ने। महावीर जैन जिन्ना ने जैन धर्म चलाया, इन्हां दा जो धर्म चलिया, जो इन्हां दे द्वारा जो ज्ञान दिता गया ਉਹ ਲਿਖਤੀ ਰੂਪ ਦੇ ਵਿੱਚ ਆਇਆ, ਉਸ ਨੂੰ ਅੰਗ ਅੰਗ ਦੇ ਵਿੱਚ ਦਰਜ ਕੀਤਾ ਗਿਆ। ਜਿਵੇਂ ਕਿ ਬੁੱਧ ਧਰਮ ਦੇ ਨਾਲ ਸੰਬੰਧਿਤ ਜਿਹੜਾ ਵੀ ਧਾਰਮਿਕ ਸਾਹਿਤ ਸੀ ਉਹ ਤ੍ਰੈਪਿਟਕ ਦੇ ਵਿੱਚ ਦਿੱਤਾ ਗਿਆ ਸੀ, ਤੇ ਜੈਨ ਧਰਮ ਨਾਲ ਸੰਬੰਧਿਤ ਜਿਹੜਾ ਸਾਹਿਤ ਆ ਜਾਂ ਧਾਰਮਿਕ ਜਾਣਕਾਰੀ ਆ ਉਹ ਸਾਨੂੰ ਅੰਗ ਦੇ ਵਿੱਚ ਮਿਲਦੀ ਹੈ। ਜੈਨ ਸਾਹਿਤ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ 12 ਅੰਗ ਦੀ ਗੱਲ ਕਰਦੇ ਹਾਂ। 12 ਅੰਗ ਹੁਣ ਇੱਥੇ ਤੁਹਾਨੂੰ ਸਾਹਮਣੇ ਪੜ੍ਹਨ ਨੂੰ ਵੀ ਮਿਲ ਰਿਹਾ। ਜੈਨ ਸਾਹਿਤ ਦੇ 12 ਅੰਗ ਬਹੁਤ ਪ੍ਰਸਿੱਧ ਹਨ। ਇਹਨਾਂ ਵਿੱਚ ਸਵਾਮੀ ਮਹਾਵੀਰ ਦੇ ਸਿਧਾਂਤਾਂ ਅਤੇ ਜੈਨ ਭਿਕਸ਼ੂਆਂ ਦੇ ਨਿਯਮਾਂ ਸੰਬੰਧੀ ਵਿਸਥਾਰ ਪੂਰਵਕ ਜਿਹੜੀ ਜਾਣਕਾਰੀ ਮਿਲਦੀ ਹੈ। ਇਹਨਾਂ ਅੰਗਾਂ ਤੋਂ ਇਲਾਵਾ 12 ਉਪਅੰਗ ਨੇ, 10 ਪ੍ਰਾ ਕਿਰਨ, 6 ਛੇਦ ਸੂਤਰ ਅਤੇ 4 ਮੂਲ ਸੂਤਰ ਵੀ ਜੈਨੀਆਂ ਦੇ ਜਿਹੜੇ ਪ੍ਰਸਿੱਧ ਗ੍ਰੰਥ ਨੇ। ਇਹਨਾਂ ਤੋਂ ਇਲਾਵਾ ਭੱਦਰਵਾਹੂ ਦੀ ਮਤਲਬ ਕਿ ਭੱਦਰਵਾਹੂ ਦਾ ਕਲਪ ਸੂਤਰ ਅਤੇ ਹੇਮਚੰਦਰ ਸੂਰੀ ਦਾ ਤ੍ਰਿਸ਼ਟੀ ਸਕਾਲਾ ਪੁਰਸ਼ ਸੂਤਰ ਇਤਿਹਾਸਕ ਪੱਖ ਤੋਂ ਬਹੁਤ ਜ਼ਿਆਦਾ ਮਹੱਤਵਪੂਰਨ। ਇਹਨਾਂ ਗ੍ਰੰਥਾਂ ਤੋਂ ਸਾਨੂੰ ਜੈਨ ਧਰਮ ਤੋਂ ਇਲਾਵਾ ਮਤਲਬ ਇੱਕ ਧਰਮ ਤੋਂ ਇਲਾਵਾ ਉਸ ਸਮੇਂ ਦੇ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਿਕ ਜੀਵਨ ਦੇ ਬਾਰੇ ਵੀ ਸਾਨੂੰ ਮਹੱਤਵਪੂਰਨ ਜਿਹੜੀ ਜਾਣਕਾਰੀ ਮਿਲਦੀ ਹੈ। ਥੋੜਾ ਜਿਹਾ ਮੈਂ ਹੋਰ ਜੇ ਤੁਹਾਨੂੰ 12 ਅੰਗਾਂ ਦੇ ਬਾਰੇ ਜਾਣਕਾਰੀ ਦੇਵਾਂ ਚਾਹਾਂ। ਇਹ ਜੈਨੀਆਂ ਦੇ ਸਭ ਤੋਂ ਜਿਹੜੇ ਪਵਿੱਤਰ ਮੂਲ ਗ੍ਰੰਥਾਂ ਦੇ ਵਿੱਚੋਂ ਹਨ। ਇਹਨਾਂ ਨੂੰ ਪੂਰਵ ਵੀ ਕਿਹਾ ਜਾਂਦਾ, ਜਿਨ੍ਹਾਂ ਦੀ ਕੁੱਲ ਗਿਣਤੀ 14 ਸੀ। 3 ਸਦੀ ਈਸਵੀ ਪੂਰਵ ਵਿੱਚ ਇਹਨਾਂ ਨੂੰ ਪ੍ਰਾਕਿਰਤ ਭਾਸ਼ਾ ਦੇ ਵਿੱਚ 12 ਅੰਗਾਂ ਵਿੱਚ ਸੰਕਲਿਤ ਕੀਤਾ ਗਿਆ। ਇਹਨਾਂ ਗ੍ਰੰਥਾਂ ਤੋਂ ਸਾਨੂੰ ਕੇਵਲ ਵਰਧਮਾਨ ਮਹਾਵੀਰ ਜਾਂ ਮਹਾਵੀਰ ਜੈਨ ਅਤੇ ਜੈਨ ਧਰਮ ਦੇ ਸਿਧਾਂਤਾਂ ਦੇ ਬਾਰੇ ਹੀ ਗਿਆਨ ਪ੍ਰਾਪਤ ਨਹੀਂ ਹੁੰਦਾ, ਸਗੋਂ ਉਸ ਸਮੇਂ ਦੀ ਰਾਜਨੀਤਿਕ, ਸਮਾਜਿਕ ਅਵਸਥਾ ਦੇ ਵਿਸ਼ੇ ਵਿੱਚ ਵੀ ਬਹੁਮੁੱਲੀ ਜਿਹੜੀ ਆ ਜਾਣਕਾਰੀ ਮਿਲਦੀ ਹੈ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਲਪਸੂਤਰ ਇਸ ਤੇ ਨਹੀਂ ਦਿਖਾਇਆ ਗਿਆ, ਫਿਰ ਆ ਜਾਂਦਾ ਕਲਪਸੂਤਰ। ਜੈਨੀਆਂ ਦੇ ਇੱਕ ਹੋਰ ਵਿਸ਼ਾਲ ਗ੍ਰੰਥ ਕਲਪਸੂਤਰ, ਜਿਸ ਨੂੰ ਈਸਾ ਪੂਰਵ ਦੀ 4 ਸਦੀ ਵਿੱਚ ਭੱਦਰਵਾਹੂ ਨੇ ਲਿਖਿਆ, ਜੋ ਮੈਂ ਤੁਹਾਨੂੰ ਦੱਸਿਆ ਸੀ, ਪਹਿਲਾਂ ਵੀ ਦੱਸਿਆ ਸੀ। ਕਲਪਸੂਤਰ ਇਹ ਵੀ ਜਿਹੜਾ ਹੈ ਜੈਨੀਆਂ ਦਾ ਇੱਕ ਮਹੱਤਵਪੂਰਨ ਇਤਿਹਾਸਕ ਸੋਮਾ ਗਾ। ਇਸ ਦੇ ਪਹਿਲੇ ਭਾਗ ਵਿੱਚ ਜੈਨੀਆਂ ਦੇ 24 ਤੀਰਥੰਕਰਾਂ ਦਾ, ਖਾਸ ਤੌਰ ਤੇ 23ਵੇਂ ਤੀਰਥੰਕਰ ਪਾਰਸ਼ਵਨਾਥ ਅਤੇ 24ਵੇਂ ਤੀਰਥੰਕਰ ਮਹਾਵੀਰ ਦੀਆਂ ਜੀਵਨੀਆਂ ਦਿੱਤੀਆਂ ਗਈਆਂ ਨੇ। ਦੂਜੇ ਭਾਗ ਵਿੱਚ ਜੈਨੀਆਂ ਦੇ ਸਕੂਲਾਂ ਦੀ ਸੂਚੀ ਅਤੇ ਇਹਨਾਂ ਦੇ ਮੁਖੀਆਂ ਦਾ ਵਰਣਨ ਕੀਤਾ ਗਿਆ। ਤੀਜੇ ਭਾਗ ਵਿੱਚ ਜੈਨ ਭਿਕਸ਼ੂਆਂ ਦੇ ਆਚਰਣ ਸੰਬੰਧੀ ਕਠੋਰ ਜਿਹੜੇ ਨਿਯਮ ਬਣਾਏ ਹੋਏ ਸੀ ਉਹ ਦਿੱਤੇ ਗਏ ਨੇ। ਇਸ ਤੋਂ ਬਾਅਦ ਪ੍ਰਸਿਸ਼ਟ ਪਰਵ ਜਿਹੜੀ ਕਿ ਆਪਾਂ ਹੇਮਚੰਦਰ ਦੀ ਰਚਨਾ ਗਈ,
ਹੇਮਚੰਦ ਕਸੂਰੀ ਦਾ ਤ੍ਰਿਸ਼ਟੀ ਕਲਾ ਪੁਰਸ਼ ਸੂਤਰ ਜਿਹੜਾ ਆਪਾਂ ਦੱਸਿਆ ਸੀ ਪਹਿਲਾਂ ਤੁਹਾਨੂੰ ਇਸ ਨੂੰ ਪਰਿਸ਼ਿਸ਼ਟ ਪਰਵ ਵੀ ਕਿਹਾ ਜਾਂਦਾ ਇਸ ਨੂੰ ਪਰਿਸ਼ਿਸ਼ਟ ਪਰਵ ਵੀ ਕਿਹਾ ਜਾਂਦਾ ਗਾ ਇਹ ਵੀ ਜੈਨ ਗ੍ਰੰਥ ਜਿਹੜਾ ਹੈਗਾ ਬੜਾ ਮਹੱਤਵਪੂਰਨ ਇਸ ਦੀ ਰਚਨਾ ਬਾਰਵੀਂ ਸਦੀ ਈਸਾ ਦੀ ਬਾਰਵੀਂ ਸਦੀ ਵਿੱਚ ਹੋਈ ਆ ਇਹ ਜਿਹੜੇ ਗ੍ਰੰਥ ਨੇ ਜਾਂ ਜੈਨ ਧਰਮ ਦਾ ਸਾਹਿਤ ਆ ਸਾਨੂੰ ਬਹੁਤ ਹੀ ਜ਼ਿਆਦਾ ਜਿਹੜਾ ਇਤਿਹਾਸ ਲਿਖਣ ਦੇ ਵਿੱਚ ਜਿਹੜੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੇ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਲੌਕਿਕ ਸਾਹਿਤ ਜਿਸ ਨੂੰ ਇਤਿਹਾਸਕ ਤੇ ਅਰਧ ਇਤਿਹਾਸਕ ਸਾਹਿਤ ਵੀ ਕਹਿੰਦੇ ਆ ਸਭ ਤੋਂ ਪਹਿਲਾਂ ਇੱਥੇ ਅਸ਼ਟ ਅਧਿਆਇ ਤੇ ਮਹਾਭਾਸ਼ ਪਾਣੀ ਦਾ ਲਿਖਿਆ ਹੋਇਆ ਅਸ਼ਟ ਅਧਿਆਇ ਤੇ ਮਹਾਭਾਸ਼ਾ ਦਾ ਲੇਖਕ ਪਤੰਜਲੀ ਸੀ ਇਹ ਦੋਵੇਂ ਗ੍ਰੰਥ ਪ੍ਰਾਚੀਨ ਕਾਲ ਭਾਰਤ ਦੇ ਪ੍ਰਸਿੱਧ ਵਿਆਕਰਨ ਦੇ ਗ੍ਰੰਥ ਇਹਨਾਂ ਗ੍ਰੰਥਾਂ ਵਿੱਚ ਸਾਨੂੰ ਇਸ ਸਮੇਂ ਦੇ ਆਰਥਿਕ ਸਮਾਜਿਕ ਧਾਰਮਿਕ ਹਾਲਾਤਾਂ ਦੇ ਬਾਰੇ ਜਿਹੜੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਨੰਬਰ ਦੋ ਤੇ ਹੈ ਅਰਥ ਸ਼ਾਸਤਰ ਪਟਲਿਆ ਦਾ ਲਿਖਿਆ ਹੋਇਆ ਮਹਾਨ ਗ੍ਰੰਥ ਅਰਥ ਸ਼ਾਸਤਰ ਉਹ ਚੰਦਰ ਗੁਪਤ ਮੌਰੀਆ ਦਾ ਗੁਰੂ ਸੀ ਤੇ ਪ੍ਰਧਾਨ ਮੰਤਰੀ ਸੀ ਅਰਥ ਸ਼ਾਸਤਰ ਨੂੰ ਪ੍ਰਾਚੀਨ ਭਾਰਤ ਦੀ ਇੱਕ ਅਦੁੱਤੀ ਰਚਨਾ ਮੰਨਿਆ ਗਿਆ ਹੈ ਇਸ ਦੀ ਤੁਲਨਾ ਮੈਕਿਆਵਲੀ ਦੀ ਪ੍ਰਸਿੱਧ ਪੁਸਤਕ ਦਾ ਨਾਲ ਕੀਤੀ ਜਾਂਦੀ ਹੈ ਇਸ ਤੋਂ ਸਾਨੂੰ ਮੌਰੀਆ ਸਾਮਰਾਜ ਦੇ ਬਾਰੇ ਜਿਹੜੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਫਿਰ ਹੈ ਮੁੰਦਰਾ ਰਾਕਸ਼ਸ ਤੇ ਦੇਵੀ ਚੰਦਰ ਗੁਪਤਮ ਇਹ ਇਤਿਹਾਸਕ ਨਾਟਕ ਨੇ ਜਿਹੜੇ ਮੁੰਦਰਾ ਰਾਕਸ਼ਸ ਤੇ ਦੇਵੀ ਚੰਦਰ ਗੁਪਤਮ ਇਹਨਾਂ ਦੇ ਲੇਖਕ ਦਾ ਨਾਮ ਹੈ ਵਿਸ਼ਾਖ ਦੱਤ ਮੁੰਦਰਾ ਰਾਕਸ਼ਸ ਵਿੱਚ ਚੰਦਰਗੁਪਤ ਮੌਰੀਆ ਨੇ ਨੰਦ ਵੰਸ਼ ਦਾ ਅੰਤ ਕਰਕੇ ਮੌਰੀਆ ਵੰਸ਼ ਦੀ ਸਥਾਪਨਾ ਦੇ ਬਾਰੇ ਜਾਣਕਾਰੀ ਮਿਲਦੀ ਹੈ ਮੁੰਦਰਾ ਰਾਕਸ਼ਸ ਤੋਂ ਫਿਰ ਹੈ ਦੇਵੀ ਚੰਦਰ ਗੁਪਤਮ ਇਹਦੇ ਵਿੱਚ ਕੀ ਹੈ ਗੁਪਤ ਵੰਸ਼ ਦੇ ਰਾਜਾ ਚੰਦਰ ਗੁਪਤ ਵਿਕਰਮਾਦਿੱਤੇ ਦੀਆਂ ਮਹਾਨ ਸਫਲਤਾਵਾਂ ਦਾ ਵਰਣਨ ਹੈ ਜਾਂ ਚੰਦਰ ਗੁਪਤ ਦੂਜਾ ਵੀ ਕਹਿ ਸਕਦੇ ਹਾਂ ਲਿਖਿਆ ਹੋਇਆ ਚੰਦਰ ਗੁਪਤ ਵਿਕਰਮਾਦਿੱਤੇ ਚੰਦਰ ਗੁਪਤ ਦੂਜਾ ਦੇ ਨਾਮ ਨਾਲ ਵੀ ਜਾਣ ਸਕਦੇ ਅਸੀਂ ਤੇ ਮਹਾਨ ਸਫਲਤਾਵਾਂ ਦਾ ਜਿਹੜਾ ਵਰਣਨ ਹੈ ਉਹ ਚੰਦਰ ਦੇਵੀ ਚੰਦਰ ਗੁਪਤਮ ਦੇ ਵਿੱਚ ਸਾਨੂੰ ਮਿਲਦਾ ਹੈ ਨੰਬਰ ਚਾਰ ਤੇ ਸ਼ਕੁੰਤਲਾ ਜਾਂ ਵਿਕਰਮੋਰਵਸੀ ਅਤੇ ਮਾਲਵਿਕਾ ਗਨੀਮਿੱਤਰ ਇਹ ਜਿਹੜੇ ਤਿੰਨ ਨਾਟਕ ਨੇ ਇਹ ਗੁਪਤ ਕਾਲ ਦੇ ਮਹਾਨ ਨਾਟਕਕਾਰ ਤੇ ਕਵੀ ਕਾਲੀਦਾਸ ਦੁਆਰਾ ਲਿਖੇ ਗਏ ਨੇ ਸ਼ਕੁੰਤਲਾ ਵਿਕਰਮੋਰਵਸੀ ਅਤੇ ਮਾਲਵਿਕਾ ਗਨੀਮਿੱਤਰ ਇਹ ਜਿਹੜੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੇ ਹੋਏ ਨੇ ਸ਼ਕੁੰਤਲਾ ਜਿਹੜਾ ਹੈ ਕਾਲੀਦਾਸ ਦਾ ਸਭ ਤੋਂ ਪ੍ਰਸਿੱਧ ਨਾਟਕ ਹੈ ਸ਼ਕੁੰਤਲਾ ਅਤੇ ਵਿਕਰਮੋਰਵਸੀ ਨਾਟਕਾਂ ਤੋਂ ਸਾਨੂੰ ਗੁਪਤ ਕਾਲ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦੀ ਇੱਕ ਝਲਕ ਮਿਲਦੀ ਹੈ ਮਾਲਵਿਕਾ ਗਨੀਮਿੱਤਰ ਨਾਟਕ ਤੋਂ ਸਾਨੂੰ ਸੁੰਗ ਰਾਜਾ ਪੁਸ਼ਯਮਿੱਤਰ ਅਤੇ ਉਸਦੇ ਲੜਕੇ ਅਗਨੀਮਿੱਤਰ ਦੇ ਬਾਰੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਇਸ ਤਸਵੀਰ ਦੇ ਵਿੱਚ ਮਹਾਕਵੀ ਕਾਲੀਦਾਸ ਦੀ ਜਿਹੜੀ ਹੈ ਉਹ ਤਸਵੀਰ ਦਿਖਾਈ ਗਈ ਹੈ ਫਿਰ ਹੈ ਨੀਤੀ ਸ਼ਾਸਤਰ ਇਸ ਗ੍ਰੰਥ ਦੀ ਜਿਹੜੀ ਰਚਨਾ ਗੁਪਤ ਕਾਲ ਦੇ ਵਿੱਚ ਕਮੰਡਕ ਨੇ ਕੀਤੀ ਕਮੰਡਕ ਇਸ ਵਿੱਚ ਰਾਜਨੀਤਿਕ ਸੰਬੰਧਾਂ ਦੇ ਬਾਰੇ ਜਾਂ ਰਾਜਨੀਤਿਕ ਦੇ ਨਾਲ ਰਾਜਨੀਤੀ ਦੇ ਨਾਲ ਸੰਬੰਧਿਤ ਨਿਯਮਾਂ ਦੇ ਬਾਰੇ ਜਿਹੜਾ ਵਰਣਨ ਕੀਤਾ ਗਿਆ ਹੈ ਨੀਤੀ ਸ਼ਾਸਤਰ ਦੇ ਵਿੱਚ ਵੀ ਨਿਯਮ ਕੀ ਨੇ ਰਾਜਨੀਤੀ ਦੇ ਨਾਲ ਸੰਬੰਧਿਤ ਨਿਯਮ ਕੀ ਨੇ ਇਸ ਤੋਂ ਇਲਾਵਾ ਇਸ ਗ੍ਰੰਥ ਤੋਂ ਸਾਨੂੰ ਚੰਦਰਗੁਪਤ ਦੂਜੇ ਦੇ ਸ਼ਾਸਨ ਕਾਲ ਦੇ ਬਾਰੇ ਮਹੱਤਵਪੂਰਨ ਜਾਣਕਾਰੀ ਜਿਹੜੀ ਆ ਉਹ ਮਿਲਦੀ ਹੈ ਫਿਰ ਹੈ ਰਤਨਾਵਲੀ ਪ੍ਰਿਯ ਦਰਸ਼ਕਾ ਅਤੇ ਨਾਗਨੰਦਾ ਇਹ ਤਿੰਨੇ ਪ੍ਰਸਿੱਧ ਨਾਟਕ ਜਿਹੜੇ ਨੇ ਹਰਸ਼ ਵਰਧਨ ਦੁਆਰਾ ਲਿਖੇ ਗਏ ਨੇ
ਹਰਸ਼ਵਰਧਨ ਮਹਾਨ ਰਾਜਾ ਹੋਇਆ ਇੱਕ ਵਰਧਨ ਸਾਮਰਾਜ ਦੇ ਵਿੱਚ ਹਰਸ਼ਵਰਧਨ ਉਸਨੇ ਰਤਨਾਵਲੀ, ਪ੍ਰਿਯਦਰਸ਼ਨ ਅਤੇ ਨਾਗ ਨੰਦਾ ਤਿੰਨ ਜਿਹੜੇ ਨਾਟਕ ਨੇ ਇਹ ਰਚਨਾ ਕੀਤੀ ਹੈ। ਇਹਨਾਂ ਦੇ ਅਧਿਐਨ ਤੋਂ ਸਾਨੂੰ ਸੱਤਵੀਂ ਸਦੀ ਦੇ ਭਾਰਤੀ ਇਤਿਹਾਸ ਦੇ ਸੰਬੰਧ ਵਿੱਚ ਬੜੀ ਜਿਹੜੀ ਲਾਹੇਵੰਦ ਜਾਂ ਮਹੱਤਵਪੂਰਨ ਜਾਣਕਾਰੀ ਜਿਹੜੀ ਆ ਮਿਲਦੀ ਹੈ। ਇਸ ਪਿਕਚਰ ਦੇ ਵਿੱਚ ਹਰਸ਼ਵਰਧਨ ਦੀ ਤਸਵੀਰ ਤੇ ਹਰਸ਼ਵਰਧਨ ਦਾ ਕਿੱਥੇ ਤੱਕ ਰਾਜ ਸੀ, ਉਹਦਾ ਹਰਸ਼ਵਰਧਨ ਦਾ ਸਾਮਰਾਜ ਦਿਖਾਇਆ ਗਿਆ ਜੋ ਇਸ ਪਿਕਚਰ ਦੇ ਵਿੱਚ ਜਾਂ ਇਸ ਗ੍ਰਾਫ ਦੇ ਵਿੱਚ ਹੈ। ਫਿਰ ਹੈ ਰਾਜ ਤਰੰਗਣੀ। ਪ੍ਰਾਚੀਨ ਯੁੱਗ ਦੇ ਭਾਰਤੀ ਇਤਿਹਾਸ ਨਾਲ ਸੰਬੰਧਿਤ ਸਾਹਿਤਕ ਸੋਮਿਆਂ ਦੇ ਵਿੱਚੋਂ ਰਾਜ ਤਰੰਗਣੀ ਨੂੰ ਸਭ ਤੋਂ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਇਸ ਦੀ ਰਚਨਾ 12ਵੀਂ ਸਦੀ ਦੇ ਵਿੱਚ ਕਲਹਣ ਨੇ ਕੀਤੀ ਹੈ। ਸ਼ੁਰੂ ਤੋਂ ਲੈ ਕੇ 12ਵੀਂ ਸਦੀ ਦੇ ਮੱਧ ਤੱਕ ਦੇ ਕਸ਼ਮੀਰ ਦੇ ਇਤਿਹਾਸ ਦਾ ਬਹੁਤ ਹੀ ਜਿਹੜਾ ਮਹੱਤਵਪੂਰਨ ਸਾਨੂੰ ਜਾਣਕਾਰੀ ਦਿੰਦਾ ਹੈ ਰਾਜ ਤਰੰਗਣੀ ਦੇ ਵਿੱਚ ਕਲਹਣ। ਇਹ ਜਿਹੜੀ ਰਚਨਾ ਜਿਹੜੀ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ। ਫਿਰ ਹੈ ਜੀਵਨੀ ਸੰਬੰਧੀ ਰਚਨਾਵਾਂ। ਹੁਣ ਜੀਵਨ ਜਿਵੇਂ ਹਰਸ਼ ਚਰਿਤਾ ਹਰਸ਼ਵਰਧਨ ਦੇ ਨਾਲ ਜਿਹੜਾ ਸੰਬੰਧਿਤ ਉਸ ਜੀਵਨੀ ਲਿਖੀ ਹੋਈ ਹੈ ਬਾਣਭੱਟ ਦੀ ਹਰਸ਼ ਚਰਿਤ। ਫਿਰ ਹੈ ਬਿਲਹਨ ਦੀ ਰਚਨਾ ਵਿਕਰਮਾਦੇਵ ਚਰਿਤ। ਫਿਰ ਹੈ ਵਾਕਪਤੀ ਦੀ ਰਚਨਾ ਗੋਡ ਵਹੋ। ਫਿਰ ਹੈ ਚੰਦ ਵਰਦਾਈ ਦੀ ਰਚਨਾ ਪ੍ਰਿਥਵੀ ਰਾਜ ਰਾਸੋ। ਫਿਰ ਹੈ ਸੰਧਿਆ ਕਰਨੰਦੀ ਦੀ ਰਚਨਾ ਰਾਮ ਚਰਿਤ। ਇਹ ਸਾਰੀਆਂ ਸਾਰੀਆਂ ਜਿਹੜੀਆਂ ਨੇਗੀਆਂ ਰਾਜਿਆਂ ਦੇ ਨਾਲ ਸੰਬੰਧਿਤ ਜੀਵਨੀਆਂ ਨੇ ਤੇ ਉਹਨਾਂ ਦੇ ਅੱਗੇ ਲੇਖਕ ਨੇ, ਜਿਵੇਂ ਬਾਣਭੱਟ ਹਰਸ਼ ਚਰਿਤ ਹਰਸ਼ਵਰਧਨ ਦੇ ਬਾਰੇ ਲਿਖਿਆ ਹੋਇਆ, ਵਿਕਰਮਾਦੇਵ ਜਿਹੜਾ ਹੋਇਆ ਵਿਕਰਮਾ ਚੰਦਰਗੁਪਤ ਦੂਜਾ ਹੋਇਆ ਉਸਨੂੰ ਵਿਕਰਮਾਦੇਵ ਉਸਦੇ ਬਾਰੇ ਜੀਵਨ ਬਾਰੇ ਲਿਖਿਆ ਹੋਇਆ। ਠੀਕ ਹੈ, ਇਸ ਤਰ੍ਹਾਂ ਜਿਹੜੇ ਨੇ ਇਹਨਾਂ ਲੇਖਕਾਂ ਨੇ ਅੱਗੇ ਉਹਨਾਂ ਦੀਆਂ ਜੀਵਨੀਆਂ ਰਾਜਿਆਂ ਦੀਆਂ ਜੀਵਨੀਆਂ ਦੇ ਬਾਰੇ ਚਰਚਾ ਕੀਤੀ ਹੈ। ਫਿਰ ਗੱਲ ਕਰਦੇ ਹਾਂ ਆਪਾਂ ਵਿਦੇਸ਼ੀਆਂ ਦੇ ਵਰਤਾਂਤ, ਵਿਦੇਸ਼ੀ ਰਾਜਿਆਂ ਦੇ ਵਰਤਾਂਤ। ਪ੍ਰਾਚੀਨ ਯੁੱਗ ਵਿੱਚ ਸਮੇਂ ਸਮੇਂ ਦੇ ਕਈ ਵਿਦੇਸ਼ੀ ਵਿਦਵਾਨ, ਯੂਨਾਨੀ ਹੋਏ, ਚੀਨੀ ਹੋਏ, ਰੋਮ ਤੋਂ ਆਏ ਹੋਏ, ਰੋਮਨ ਹੋਏ, ਤਿੱਬਤ ਤੋਂ ਆਏ ਹੋਏ, ਤਿੱਬਤੀ ਹੋਏ, ਜਾਂ ਉਧਰੋਂ ਮੱਧ ਏਸ਼ੀਆ ਤੋਂ ਆਏ ਹੋਏ ਮੁਸਲਮਾਨ ਹੋਏ, ਮੁਸਲਮਾਨ ਯਾਤਰੀ ਹੋਏ, ਉਹਨਾਂ ਨੇ ਭਾਰਤ ਦੀ ਜਿਹੜੀ ਯਾਤਰਾ ਕੀਤੀ, ਇੱਥੇ ਆ ਕੇ ਜੋ ਅੱਖੀ ਦੇਖਿਆ ਸੁਣਿਆ ਹੰਡਾਇਆ, ਉਸ ਦੇ ਬਾਰੇ ਉਹਨਾਂ ਨੇ ਆਪਣੇ ਗ੍ਰੰਥਾਂ ਦੇ ਵਿੱਚ ਜੋ ਮਹਿਸੂਸ ਕੀਤਾ ਉਹ ਉਹਨਾਂ ਨੇ ਲਿਖ ਦਿੱਤਾ। ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਯੂਨਾਨੀ ਸੋਮੇ, ਸਕਾਈਲੈਕਸ ਇਹ ਪਹਿਲਾ ਯੂਨਾਨੀ ਲੇਖਕ ਸੀ ਜਿਸਨੇ ਭਾਰਤ ਦੇ ਬਾਰੇ ਆਪਣੇ ਗ੍ਰੰਥ ਵਿੱਚ ਜਾਣਕਾਰੀ ਦਿੱਤੀ। ਉਸਨੂੰ ਯੂਨਾਨੀ ਰਾਜੇ ਡੇਰੀਅਸ ਨੇ 517 BC ਮਤਲਬ ਕਿ 517 ਈਸਵੀ ਪੂਰਵ ਵਿੱਚ ਸਿੰਧ ਪ੍ਰਦੇਸ਼ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਭੇਜਿਆ ਸੀ। ਫਿਰ ਆ ਗਿਆ ਹੈਰੋਡੋਟਸ, ਜਿਸਨੂੰ ਇਤਿਹਾਸ ਦਾ ਪਿਤਾਵਾਂ ਜਿਹੜਾ ਕਿਹਾ ਜਾਂਦਾ ਹੈ, ਉਸਨੇ ਹਿਸਟੋਰੀਕਾ ਨਾਂ ਦੇ ਪ੍ਰਸਿੱਧ ਗ੍ਰੰਥ ਦੀ ਰਚਨਾ ਕੀਤੀ। ਇਸ ਵਿੱਚ ਯੂਨਾਨੀ ਰਾਜੇ ਡੇਰੀਅਸ ਦੁਆਰਾ ਭਾਰਤ ਉੱਤੇ ਹਮਲਾ ਅਤੇ ਭਾਰਤ ਦੀ ਉੱਤਰ ਪੱਛਮੀ ਰਾਜਨੀਤਿਕ ਸਥਿਤੀ ਕੀ ਸੀ, ਉਸ ਦੇ ਬਾਰੇ ਜਿਹੜਾ ਹੈ ਹਿਸਟੋਰੀਕਾ ਦੇ ਵਿੱਚ ਸਾਨੂੰ ਜਾਣਕਾਰੀ ਮਿਲਦੀ ਹੈ। ਫਿਰ ਆ ਗਿਆ ਏਰੀਅਨ, ਇੱਥੇ ਲਿਖਿਆ ਏਰੀਅਨ ਹੈ, ਵੈਸੇ ਏਰੀਅਨ, ਪਲੂਟਾਰਕ ਤੇ ਨਿਰਿਆਖਸ, ਇਹ ਸਾਰੇ ਯੂਨਾਨੀ ਲੇਖਕ ਸਿਕੰਦਰ ਦੇ ਭਾਰਤ ਉੱਤੇ ਹਮਲੇ ਸਮੇਂ ਉਸਦੇ ਨਾਲ ਆਏ ਸਨ ਤੇ ਉਹਨਾਂ ਨੇ ਹਮਲਿਆਂ ਦੌਰਾਨ ਜੋ ਅੱਖੀ ਦੇਖਿਆ ਜੋ ਸੁਣਿਆ ਉਸ ਦਾ ਵਰਣਨ ਆਪਣੇ ਗ੍ਰੰਥਾਂ ਦੇ ਵਿੱਚ ਕੀਤਾ। ਫਿਰ ਆ ਗਿਆ ਮੈਗਸਥਨੀਜ਼ ਨੂੰ ਯੂਨਾਨੀ ਰਾਜੇ ਸਲਿਓਕਸ ਨੇ ਚੰਦਰਗੁਪਤ ਮੌਰੀਆ ਦਰਬਾਰ ਵਿੱਚ ਭੇਜਿਆ ਸੀ। ਕਦੋਂ ਭੇਜਿਆ ਸੀ? 302 ਈਸਵੀ ਪੂਰਵ ਤੋਂ 298 ਈਸਵੀ ਪੂਰਵ ਤੱਕ ਇੱਕ ਰਾਜਦੂਤ ਬਣਾ ਕੇ ਭੇਜਿਆ ਸੀ। ਕਿਹਨੇ? ਸਲਿਓਕਸ ਰਾਜ ਨੇ, ਮੈਗਸਥਨੀਜ਼। ਤਾਂ ਉਸਨੇ ਇੰਡਿਕਾ ਨਾਂ ਦੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ ਸੀ। ਸਾਨੂੰ ਇੰਡਿਕਾ ਨਾਂ ਦੀ ਪੁਸਤਕ ਤੋਂ ਉਸ ਸਮੇਂ ਦੇ ਭਾਰਤ ਦੇ ਬਾਰੇ ਜਾਣਕਾਰੀ
ਮਿਲਦੀ ਹੈ। ਫਿਰ ਹੈ ਡੀਮੈਕਸ। ਡੀਮੈਕਸ ਇਹ ਮੌਰੀਆ ਸ਼ਾਸਕ ਬਿੰਦੂਸਾਰ ਦੇ ਦਰਬਾਰ ਵਿੱਚ ਯੂਨਾਨੀ ਰਾਜਦੂਤ ਸੀ, ਮਤਲਬ ਕਿ ਚੰਦਰਗੁਪਤ ਮੌਰੀਆ ਤੋਂ ਬਾਅਦ ਰਾਜਾ ਉਸਦਾ ਪੁੱਤਰ ਬਿੰਦੂਸਾਰ ਬਣਦਾ, ਬਿੰਦੂਸਾਰ ਤੋਂ ਬਾਅਦ ਫਿਰ ਉਸਦਾ ਪੁੱਤਰ ਅਸ਼ੋਕ ਰਾਜਗੱਦੀ ਦੇ ਉੱਤੇ ਬੈਠਦਾ ਗਾ। ਬਿੰਦੂਸਾਰ ਦੇ ਸਮੇਂ ਜਿਹੜਾ ਹੈਗਾ ਡੀਮੈਕਸ ਇਹ ਜਿਹੜਾ ਇੱਥੇ ਯੂਨਾਨੀ ਰਾਜਦੂਤ ਬਣ ਕੇ ਆਉਂਦਾ ਹੈ। ਫਿਰ ਹੈ ਟੋਲਮੀ ਨੇ ਆਪਣੇ ਜੀਓਗ੍ਰਾਫੀ ਨਾਂ ਦਾ ਜਿਹੜਾ ਗ੍ਰੰਥ ਲਿਖਿਆ ਭਾਰਤ ਦੇ ਭੂਗੋਲ ਦੇ ਬਾਰੇ ਵਰਣਨ ਕਰਦਾ, ਭਾਰਤ ਦੇ ਭੂਗੋਲਿਕ ਅਵਸਥਾਵਾਂ ਕੀ ਸਨ ਉਸ ਦੇ ਬਾਰੇ ਸਾਨੂੰ ਟੋਲਮੀ ਦੇ ਜੀਓਗ੍ਰਾਫੀ ਤੋਂ ਗ੍ਰੰਥ ਤੋਂ ਜਿਹੜੀ ਹੈ ਜਾਣਕਾਰੀ ਮਿਲਦੀ ਹੈ। ਫਿਰ ਹੈ ਪੈਰੀਪਲਸ ਆਫ ਦੀ ਈਥਰਨ ਸੀ। ਇਹ ਜਿਹੜਾ ਮਤਲਬ ਕਿ ਇੱਕ ਅਗਿਆਤ ਜਾਣੀ ਲਿਖਤ ਦੁਆਰਾ ਲਿਖਿਆ ਗਿਆ ਗ੍ਰੰਥ ਹੈ, ਜਿਹੜਾ ਕਿ ਬਹੁਤ ਹੀ ਜਿਹੜੀ ਮਹੱਤਵਪੂਰਨ ਜਾਣਕਾਰੀ ਸਾਨੂੰ ਇਸ ਤੋਂ ਮਿਲਦੀ ਹੈ। ਇਸ ਵਿੱਚ ਭਾਰਤੀ ਬੰਦਗਾਹਾਂ ਅਤੇ ਭਾਰਤੀ ਮਤਲਬ ਕਿ ਭਾਰਤ ਅਤੇ ਰੋਮ ਦੇ ਨਾਲ ਵਪਾਰਕ ਸੰਬੰਧਾਂ ਦੇ ਬਾਰੇ ਜਿਹੜੀ ਹੈ ਜਾਣਕਾਰੀ ਸਾਨੂੰ ਇਸ ਗ੍ਰੰਥ ਤੋਂ ਮਿਲਦੀ ਹੈ, ਜਿਸ ਦਾ ਨਾਂ ਹੈ ਦੀ ਪੈਰੀਪਲਸ ਆਫ ਦੀ ਈਥਰਨ ਸੀ। ਫਿਰ ਉਹ ਤਾਂ ਸੀਗੇ ਮਤਲਬ ਕਿ ਯੂਨਾਨੀ। ਫਿਰ ਆ ਜਾਓ ਚੀਨੀ। ਚੀਨ ਦੇ ਜਿਹੜੇ ਸੀਗੇ ਚੀਨ ਤੋਂ ਆਏ ਹੋਏ ਯਾਤਰੀ, ਸਭ ਤੋਂ ਪਹਿਲਾਂ ਹੈ ਸੁਮਾਚੀ। ਉਹ ਚੀਨ ਦਾ ਪਹਿਲਾ ਇਤਿਹਾਸਕਾਰ ਸੀ। ਉਸਨੇ ਪਹਿਲੀ ਸਦੀ ਈਸਵੀ ਪੂਰਵ ਵਿੱਚ ਇਤਿਹਾਸ ਉੱਤੇ ਇੱਕ ਗ੍ਰੰਥ ਲਿਖਿਆ। ਇਸ ਗ੍ਰੰਥ ਵਿੱਚ ਉਸਨੇ ਭਾਰਤ ਵਰਸ਼ ਦੇ ਸੰਬੰਧ ਵਿੱਚ ਸੰਖੇਪ ਮਤਲਬ ਕਿ ਇੱਕ ਥੋੜੀ ਜਿਹੀ ਜਾਣਕਾਰੀ ਦਿੱਤੀ, ਸੰਖੇਪ ਦੇ ਵਿੱਚ ਜਾਣਕਾਰੀ ਦਿੱਤੀ। ਫਿਰ ਹੈ ਫਾਹਿਆਨ। ਫਾਹਿਆਨ ਪਹਿਲਾ ਚੀਨੀ ਯਾਤਰੀ ਸੀ ਜੋ ਕਿ ਚੰਦਰਗੁਪਤ ਦੂਜੇ ਦੇ ਰਾਜਕਾਲ ਵਿੱਚ ਭਾਰਤ ਆਉਂਦਾ ਹੈ। ਚੰਦਰਗੁਪਤ ਦੂਜਾ ਮਤਲਬ ਕਿ ਗੁਪਤ ਕਾਲ ਦੇ ਵਿੱਚ ਆਉਂਦਾ ਹੈਗਾ, ਜੋ ਕਿ 405 ਈਸਵੀ ਪੂਰਵ ਤੋਂ 411 ਈਸਵੀ ਪੂਰਵ ਤੱਕ ਭਾਰਤ ਦੇ ਵਿੱਚ ਰਹਿੰਦਾ ਗਾ। ਉਸਦੇ ਭਾਰਤ ਆਉਣ ਦਾ ਆਦੇਸ਼ ਕੀ ਹੁੰਦਾ? ਉਦੇਸ਼ ਇੱਥੇ ਲਿਖਿਆ ਹੋਇਆ, ਆਦੇਸ਼ ਇਹਨੂੰ ਕੱਟਣ ਵਾਲਾ ਇਹ ਸਹੀ ਨਹੀਂ ਹੈ। ਮਤਲਬ ਕਿ ਉਦੇਸ਼ ਮਤਲਬ ਕਿ ਉਹਦਾ ਮਤਲਬ ਕੀ ਸੀ ਇੱਥੇ ਆਉਣ ਦਾ? ਇੱਥੇ ਆਉਣ ਦਾ ਮਤਲਬ ਸੀ ਬੁੱਧ ਧਰਮ ਦਾ ਅਧਿਐਨ ਕਰਨ ਦੇ ਲਈ ਆਉਣਾ। ਤਾਂ ਉਸਦੇ ਗ੍ਰੰਥ ਦਾ ਨਾਂ ਸੀ ਫੋਕੋਕੀ। ਫਿਰ ਹੈ ਹਿਊਨਸਾਂਗ। ਹਿਊਨਸਾਂਗ ਹਰਸ਼ ਵਰਧਨ ਦੇ ਸਮੇਂ ਆਉਂਦਾ, ਹਰਸ਼ ਵਰਧਨ ਦੇ ਸ਼ਾਸਨ ਕਾਲ ਵਿੱਚ ਭਾਰਤ ਦੇ ਵਿੱਚ ਆਉਂਦਾ ਹੈ। ਹਿਊਨਸਾਂਗ ਭਾਰਤ ਵਿੱਚ 630 ਈਸਵੀ ਪੂਰਵ ਤੋਂ ਲੈ ਕੇ 644 ਈਸਵੀ ਪੂਰਵ ਤੱਕ ਹਰਸ਼ ਵਰਧਨ ਦੇ ਦਰਬਾਰ ਦੇ ਵਿੱਚ ਰਹਿੰਦਾ ਹੈ। ਤਾਂ ਉਹਨਾਂ ਦੀ ਪ੍ਰਸਿੱਧ ਜਿਹੜੀ ਪੁਸਤਕ ਦਾ ਨਾਮ ਕੀ ਹੈ? ਸੀਯੂਕੀ। ਹਿਊਨਸਾਂਗ ਦੀ ਜਿਹੜੀ ਪ੍ਰਸਿੱਧ ਪੁਸਤਕ ਦਾ ਨਾਮ ਕੀ ਹੈ? ਸੀਯੂਕੀ। ਇਹ ਜਿਹੜੇ ਜਿੰਨੇ ਵੀ ਆਪਾਂ ਕਰ ਰਹੇ ਹਾਂ ਸਰੋਤ, ਇਹਨਾਂ ਦੇ ਉੱਤੇ ਸ਼ਾਰਟ ਕੁਐਸਚਨ ਜਾਂ ਛੋਟੇ ਕੁਐਸਚਨ ਬਹੁਤ ਜ਼ਿਆਦਾ ਆਉਣ ਦੀ ਸੰਭਾਵਨਾ ਹੁੰਦੀ ਹੈ ਇਸ ਲੈਸਨ ਦੇ ਵਿੱਚ। ਜੋ ਹਿਊਨਸਾਂਗ ਨੇ ਹਰਸ਼ ਵਰਧਨ ਦੇ ਵਿੱਚ ਜੋ ਭਾਰਤ ਦੀ ਸਥਿਤੀ ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ ਜੋ ਉਹਨੇ ਇੱਥੇ ਅੱਖੀ ਦੇਖਿਆ, ਉਹਨੇ ਆਪਣੇ ਪੁਸਤਕ ਸੀਯੂਕੀ ਦੇ ਵਿੱਚ ਲਿਖ ਦਿੱਤਾ। ਫਿਰ ਹੈਗੇ ਨੇ ਰੋਮਨ ਸੋਮੀ। ਰੋਮ ਇਟਲੀ ਦੀ ਰਾਜਧਾਨੀ ਸੀ। ਇੱਥੋਂ ਕਈ ਯਾਤਰੀ ਭਾਰਤ ਵਿੱਚ ਆਏ। ਪਲੀਨੀ ਇਹਨਾਂ ਵਿੱਚੋਂ ਪ੍ਰਸਿੱਧ ਸੀ। ਪਲੀਨੀ ਉਹ ਪਹਿਲੀ ਸਦੀ ਵਿੱਚ ਭਾਰਤ ਆਇਆ ਸੀ। ਉਸਨੇ ਨੇਚੁਰਲ ਹਿਸਟੋਰੀਕਾ ਨਾਂ ਦੀ ਪ੍ਰਸਿੱਧ ਪੁਸਤਕ ਦੀ ਰਚਨਾ ਕੀਤੀ, ਪਲੀਨੀ ਨੇ। ਇਹ ਲਾਤੀਨੀ ਭਾਸ਼ਾ ਦੇ ਵਿੱਚ ਹੈ। ਇਸ ਤੋਂ ਭਾਰਤ ਤੇ ਰੋਮ ਦੇ ਵਿੱਚ ਹੋਣ ਵਾਲੇ ਵਪਾਰ ਦੇ ਬਾਰੇ ਸਾਨੂੰ ਪਤਾ ਲੱਗਦਾ ਹੈ। ਫਿਰ ਹੈ ਤਿੱਬਤੀ ਸੋਮੀ। ਤਿੱਬਤ ਦੇ ਲੇਖਕਾਂ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੇ ਪ੍ਰਸਿੱਧ ਨੇ ਉਹ ਨੇ ਤਾਰਾਨਾਥ। ਉਸਨੇ ਆਪਣੀ ਪੁਸਤਕ ਬੁੱਧ ਧਰਮ ਦਾ ਇਤਿਹਾਸ ਵਿੱਚ ਬੁੱਧ ਧਰਮ ਸੰਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਤਾਂ ਇਸ ਪੁਸਤਕ ਦੇ ਉੱਤੋਂ ਸਾਨੂੰ ਭਾਰਤ ਦੇ ਬਾਰੇ ਜਿਹੜੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ, ਕਿਉਂਕਿ ਜਿਹੜਾ ਬੁੱਧ ਧਰਮ ਆ ਉਹ ਭਾਰਤ ਦੇ ਵਿੱਚ ਪੈਦਾ ਹੋਇਆ ਇਸ ਕਰਕੇ। ਫਿਰ ਹੈ ਮੁਸਲਿਮ ਸੋਮੀ। 8ਵੀਂ ਸਦੀ ਵਿੱਚ ਅਰਬਾਂ ਦੇ ਸਿੰਧ ਤੇ ਹਮਲਾ ਤੇ 11ਵੀਂ ਸਦੀ ਵਿੱਚ ਮੁਸਲਿਮ ਹਮਲਾਵਰਾਂ ਦੇ ਭਾਰਤ ਦੇ ਹਮਲਿਆਂ ਦੇ ਸਮੇਂ ਕਈ ਮੁਸਲਿਮ ਵਿਦਵਾਨ ਜਿਹੜੇ ਭਾਰਤ ਆਉਂਦੇ ਨੇ।
ਮਕੀ ਮਹਿਮੂਦ ਗਜਨਬੀ ਮੁਹੰਮਦ ਗੌਰੀ ਤਾਂ ਉਸ ਸਮੇਂ ਜਿਹੜੇ ਬਹੁਤ ਕਈ ਵਿਦਵਾਨ ਜਿਹੜੇ ਭਾਰਤ ਦੇ ਵਿੱਚ ਆਉਂਦੇ ਨੇ ਭਾਰਤ ਦੇ ਵਿੱਚ ਆ ਕੇ ਇੱਥੋਂ ਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਆਪਣੇ ਗ੍ਰੰਥਾਂ ਦੇ ਵਿੱਚ ਲਿਖਦੇ ਨੇ ਜਿਵੇਂ ਮਹਿਮੂਦ ਗਜਨਬੀ ਕਿ ਮੁਹੰਮਦ ਗੌਰੀ ਦੇ ਨਾਲ ਆਉਂਦੇ ਆ ਉਸ ਤੋਂ ਪਹਿਲਾਂ ਵੀ ਅੱਠਵੀਂ ਸਦੀ ਦੇ ਵਿੱਚ ਜਦੋਂ ਅਰਬਾਂ ਦਾ ਸਿੰਘ ਦੇ ਉੱਤੇ ਹਮਲਾ ਹੁੰਦਾ ਗਾ ਉਦੋਂ ਵੀ ਜਿਹੜੇ ਵਿਦਵਾਨ ਨੇ ਇੱਧਰ ਆਉਂਦੇ ਆ ਇੱਧਰ ਆ ਕੇ ਜੋ ਅੱਖੀ ਦੇਖਦੇ ਆ ਇੱਥੋਂ ਦੇ ਬਾਰੇ ਭਾਰਤ ਦੇ ਬਾਰੇ ਲਿਖਦੇ ਆ ਤਾਂ ਨੰਬਰ ਇੱਕ ਤੇ ਐਲਬਰੂਨੀ ਉਹਨਾਂ ਨੇ ਆਪਣੀ ਇੱਕ ਪੁਸਤਕ ਦੀ ਰਚਨਾ ਕੀਤੀ ਜਿੱਥੇ ਕਈ ਪੁਸਤਕਾਂ ਰਚਨਾ ਕੀਤੀ ਉਹਨਾਂ ਦੇ ਵਿੱਚੋਂ ਸਭ ਤੋਂ ਮਸ਼ਹੂਰ ਕਿਹੜੀ ਹੈ ਤਹਿਕੀਕ ਏ ਹਿੰਦ ਜਾਂ ਕਿਤਾਬ ਉਲ ਹਿੰਦ ਐਲਬਰੂਨੀ ਜਿਹੜਾ ਹੈ ਮਹਿਮੂਦ ਗਜਨਬੀ ਦੇ ਸਮੇਂ ਆਉਂਦਾ ਗਾ ਫਿਰ ਉਤਬੀ ਵੀ ਤਾਰੀਖ ਏ ਜਾਮਨੀ ਇਹ ਵੀ ਮਤਲਬ ਕਿ ਮਹਿਮੂਦ ਗਜਨਬੀ ਦੇ ਸਮੇਂ ਆਉਂਦਾ ਗਾ 1001 ਤੋਂ ਲੈ ਕੇ 1025 ਤੱਕ ਜਦੋਂ ਹਮਲੇ ਹੁੰਦੇ ਆ ਫਿਰ ਹੈ ਮਿਨਹਾਜ ਉਸ ਸਿਰਾਜ ਤਵਾਕਤੇ ਨਾਸਰੀ ਹਸਨ ਨਿਜ਼ਾਮੀ ਤਾਜੁਲ ਮਾਸੀਰ ਇਹ ਸਾਰੇ ਦੇ ਸਾਰੇ ਜਿਹੜੇ ਮੁਸਲਿਮ ਵਿਦਵਾਨ ਨੇ ਇਹਨਾਂ ਨੇ ਆਪਣੀਆਂ ਆਪਣੇ ਗ੍ਰੰਥਾਂ ਦੇ ਵਿੱਚ ਭਾਰਤ ਦੇ ਬਾਰੇ ਲਿਖਿਆ ਫਿਰ ਗੱਲ ਕਰਦੇ ਹਾਂ ਆਪਾਂ ਪੁਰਾਤੱਤਵ ਸੰਬੰਧੀ ਸੋਮੇ ਆਰਕੋਲੋਜੀਕਲ ਸੋਰਸ ਹੁਣ ਆਰਕੋਲੋਜੀਕਲ ਸੋਰਸ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਿੱਕੇ ਭਾਰਤੀ ਇਤਿਹਾਸ ਦੇ ਪੁਨਰ ਨਿਰਮਾਣ ਦੇ ਵਿੱਚ ਸਿੱਕਿਆਂ ਦੀ ਜਿਹੜੀ ਮਹੱਤਵਪੂਰਨ ਭੂਮਿਕਾ ਰਹੀ ਹੈ ਸਿੱਕਿਆਂ ਦੇ ਅਧਿਐਨ ਨੂੰ ਮੁੰਦਰਾ ਸ਼ਾਸਤਰ ਕਹਿੰਦੇ ਨੇ ਮੁੰਦਰਾ ਸ਼ਾਸਤਰ ਕਿਹਾ ਜਾਂਦਾ ਸਿੱਕਿਆਂ ਦੇ ਅਧਿਐਨ ਇਹਦੇ ਵਿੱਚ ਸਿੱਕਿਆਂ ਦੇ ਬਾਰੇ ਜਾਣਕਾਰੀ ਜਾਣਕਾਰੀ ਲਈ ਜਾਂਦੀ ਹੈ ਜਾਂ ਉਹਨਾਂ ਸਿੱਕਿਆਂ ਦੇ ਉੱਤੇ ਖੋਜ ਕੀਤੀ ਜਾਂਦੀ ਆ ਵੀ ਕਿਸ ਰਾਜ ਦੇ ਨੇ ਕਿਹੜੀ ਧਾਤ ਦੇ ਬਣੇ ਉਹਨੇ ਕਦੋਂ ਬਣਾਏ ਗਏ ਸੀ ਕਿਸ ਧਾਤ ਦੇ ਬਣੇ ਹੋਏ ਸੀ ਤੇ ਇਹਦੀ ਉਸ ਸਮੇਂ ਵੈਲਿਊ ਕੀ ਸੀ ਠੀਕ ਹੈ ਇਹ ਸਿੱਕੇ ਜਿਹੜੇ ਸੀਗੇ ਸੋਨੇ ਦੇ ਨੇ ਚਾਂਦੀ ਦੇ ਨੇ ਤਾਂਬੇ ਦੇ ਨੇ ਜਾਂ ਮਿਸ਼ਰਤ ਧਾਤਾਂ ਦੇ ਬਣੇ ਹੋਏ ਨੇ ਸਾਰੀ ਦੀ ਸਾਰੀ ਜਿਹੜਾ ਮੁੰਦਰਾ ਸ਼ਾਸਤਰ ਜਿਹੜਾ ਇੱਕ ਅਧਿਐਨ ਕਰਦਾ ਗਾ ਇਹਨਾਂ ਸਿੱਕਿਆਂ ਦੇ ਉੱਤੇ ਉਹ ਸਾਰੀ ਜਾਣਕਾਰੀ ਦਿੰਦਾ ਜਿੰਨੇ ਵੀ ਸਿੱਕੇ ਹੋਏ ਨੇ ਉਹ ਭਾਰਤ ਦੇ ਨਾਲ ਸੰਬੰਧਿਤ ਨੇ ਜਾਂ ਭਾਰਤੀ ਰਾਜਿਆਂ ਦੇ ਨਾਲ ਸੰਬੰਧਿਤ ਨੇ ਜਾਂ ਭਾਰਤੀ ਧਰਮ ਦੇ ਨਾਲ ਸੰਬੰਧਿਤ ਨੇ ਤਾਂ ਉਹ ਆਪੋ ਆਪਣੇ ਸਮੇਂ ਦੀ ਜਿਹੜੀ ਆ ਵਿਆਖਿਆ ਕਰਦੇ ਨੇ ਫਿਰ ਗੱਲ ਕਰਦੇ ਹਾਂ ਸ਼ਿਲਾਲੇਖ ਜਿਹੜੇ ਕਿ ਭਾਰਤੀ ਇਤਿਹਾਸ ਦਾ ਬਹੁਤ ਹੀ ਵਡਮੁੱਲਾ ਖਜ਼ਾਨਾ ਨੇ ਸ਼ਿਲਾਲੇਖ ਭਾਰਤੀ ਇਤਿਹਾਸ ਲੇਖਾਂ ਦਾ ਵਡਮੁੱਲਾ ਯੋਗਦਾਨ ਹੈ ਭਾਰਤੀ ਇਤਿਹਾਸ ਲਿਖਣ ਦੇ ਵਿੱਚ ਸ਼ਿਲਾ ਲਿਖ ਲਿਖਣ ਦੇ ਅਧਿਐਨ ਤੋਂ ਜਿਹੜਾ ਹੈ ਪੂਰਾ ਲੇਖ ਸ਼ਾਸਤਰ ਮਤਲਬ ਜੋ ਸ਼ਿਲਾ ਲਿਖਣ ਦਾ ਅਧਿਐਨ ਕਰਦਾ ਗਾ ਉਹਨੂੰ ਪੂਰਾ ਲੇਖ ਸ਼ਾਸਤਰ ਕਹਿੰਦੇ ਨੇ ਸ਼ਿਲਾ ਲਿਖ ਨੂੰ ਅਧਿਐਨ ਦਾ ਉਹਨਾਂ ਦੇ ਬਾਰੇ ਜਾਣਕਾਰੀ ਇਕੱਠੀ ਜੋ ਵੀ ਕਰਦਾ ਉਹ ਪੂਰਾ ਲਿਖ ਵਿਭਾਗ ਕਰਦਾ ਗਾ ਜਾਂ ਪੂਰਾ ਲੇਖ ਸ਼ਾਸਤਰ ਕਰਦਾ ਗਾ ਪ੍ਰਾਚੀਨ ਯੁੱਗ ਦੇ ਭਾਰਤ ਦੇ ਸ਼ਿਲਾ ਲੇਖ ਮੋਹਰਾਂ ਹੋ ਗਈਆਂ ਗੁਫਾ ਹੋ ਗਈਆਂ ਮੰਦਰ ਹੋ ਗਏ ਜਾਂ ਮੰਦਰਾਂ ਦੀਆਂ ਕੰਧਾਂ ਦੇ ਉੱਤੇ ਜੋ ਵੀ ਕਲਾ ਕ੍ਰਿਤੀ ਕਰੀ ਹੋਈ ਆ ਫਿਰ ਪੱਥਰਾਂ ਦੇ ਉੱਤੇ ਚਟਾਨਾਂ ਦੇ ਉੱਤੇ ਸਤੰਭਾਂ ਦੇ ਉੱਤੇ ਤਾਮਰ ਪੱਥਰਾਂ ਦੇ ਉੱਤੇ ਜੋ ਵੀ ਅੰਕਤ ਉਸ ਸਮੇਂ ਦਾ ਮਿਲਦਾ ਹੈ ਸਾਰੇ ਕੀ ਦੇ ਸਾਰੇ ਸ਼ਿਲਾ ਲੇਖਾਂ ਦੇ ਵਿੱਚ ਦਰਜ ਕਰ ਲਏ ਉਹ ਸਾਰੇ ਦੇ ਸਾਰੇ ਕੀ ਆ ਉਸ ਸਮੇਂ ਦੇ ਬਾਰੇ ਕੀ ਉਸ ਸਮੇਂ ਸਮਾਜਿਕ ਰਾਜਨੀਤਿਕ ਧਾਰਮਿਕ ਕਿਰਿਆਵਾਂ ਹੁੰਦੀਆਂ ਸੀਗੀਆਂ ਉਹਨਾਂ ਦੇ ਬਾਰੇ ਜਾਣਕਾਰੀ ਦਿੰਦੇ ਨੇ ਜਿਵੇਂ ਕਿ ਰਾਜਾ ਅਸ਼ੋਕ ਹੈ ਉਹਦੇ ਅਭਿਲੇਖ ਹੋਏ ਨੇ ਅਭਿਲੇਖ ਸ਼ਿਲਾ ਲੇਖ ਹੋਏ ਨੇ ਜਿਹਨਾਂ ਤੋਂ ਸਾਨੂੰ ਬਹੁਤ ਹੀ ਜ਼ਿਆਦਾ ਜਿਹੜੀ ਮਹੱਤਵਪੂਰਨ ਜਾਣਕਾਰੀ ਜਿਹੜੀ ਆ ਮਿਲਦੀ ਹੈ ਫਿਰ ਗੁਆਂਢੀ ਜਿਹੜੇ ਮਤਲਬ ਕਿ ਪ੍ਰਦੇਸ਼ ਸੀਗੇ ਠੀਕ ਆ ਉਹਨਾਂ ਦੇ ਬਾਰੇ ਸਾਨੂੰ ਜਾਣਕਾਰੀ ਮਿਲਦੀ ਆ ਉਹ ਵੀ ਸਾਨੂੰ ਉਹਨਾਂ ਸ਼ਿਲਾ ਲੇਖਾਂ ਦੁਆਰਾ ਹੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਫਿਰ ਹੈਗੇ ਨੇ ਸਮਾਰਕ ਤੇ ਹੋਰ ਯਾਦਗਾਰਾਂ ਸਮਾਰਕ ਪ੍ਰਾਚੀਨ ਯੁੱਗ ਦੇ ਜਿਹੜੇ ਭਾਰਤੀ ਇਤਿਹਾਸ ਦੇ ਨਿਰਮਾਣ ਦੇ ਵਿੱਚ ਪ੍ਰਾਚੀਨ ਸਮਾਰਕਾਂ ਤੇ ਹੋਰ ਯਾਦਗਾਰਾਂ ਦਾ ਜਿਹੜਾ ਵਿਸ਼ੇਸ਼ ਯੋਗਦਾਨ ਹੈ ਇਹਨਾਂ ਤੋਂ ਕਈ ਅਜਿਹੇ ਇਤਿਹਾਸਿਕ ਤੱਥਾਂ ਦਾ ਪਤਾ ਲੱਗਾ ਜੋ ਕਿ ਪਹਿਲਾਂ ਹਨੇਰੇ ਵਿੱਚ ਸੀ ਮਤਲਬ ਕਿ ਜਿਹੜੇ ਜਿੰਨੇ ਵੀ ਪ੍ਰਾਚੀਨ ਯੁੱਗ ਦੇ ਨਿਰਮਾਣ ਦੇ ਵਿੱਚ ਯਾਦਗਾਰਾਂ ਮਿਲੀਆਂ ਨੇ ਸਾਨੂੰ ਜਾਂ ਸਮਾਰਕ ਮਿਲੇ ਨੇ ਜਿਵੇਂ ਮੋਹਨ ਜੋਦੜੋ ਹੜੱਪਾ ਆਦਿ ਖੁਦਾਈਆਂ ਤੋਂ ਸਾਨੂੰ ਸਿੰਧ ਘਾਟੀ ਸਭਿਅਤਾ ਦੇ ਬਾਰੇ ਪਤਾ ਲੱਗਿਆ 1921-22 ਦੇ ਵਿੱਚ ਜਦੋਂ ਖੋਜ ਹੁੰਦੀ ਆ
ਡਾਕਟਰ ਦਯਾਰਾਮ ਸਾਹਨੀ ਤੇ ਉੱਥੋਂ ਦੀ ਖੋਜ ਕਰਦੇ ਹਾਂ 1922 ਦੇ ਵਿੱਚ, ਤੇ ਫਿਰ ਜੇ ਪਾਟਲੀ ਪੁੱਤਰ ਦੇ ਖੰਡਰਾਂ ਤੋਂ ਸਾਨੂੰ ਮੌਰੀਆ ਵੰਸ਼ ਦੇ ਬਾਰੇ ਪਤਾ ਲੱਗਦਾ ਹੈ, ਫਿਰ ਤਕਸ਼ਿਲਾ ਦੇ ਖੰਡਰਾਂ ਤੋਂ, ਤਕਸ਼ਿਲਾ ਜਿਹੜੀ ਯੂਨੀਵਰਸਿਟੀ ਸੀ, ਤਕਸ਼ਿਲਾ ਦੇ ਖੰਡਰਾਂ ਸਾਨੂੰ ਕੁਸ਼ਾਣ ਵੰਸ਼ ਦੇ ਵਿਸ਼ੇ ਵਿੱਚ ਗਿਆਨ ਪ੍ਰਾਪਤ ਹੁੰਦਾ ਹੈ, ਜਾਵਾ ਵਿਖੇ ਮਿਲੇ ਬੁਰੇਵਦਰ ਤੇ ਕੰਬੋਡੀਆ ਤੋਂ ਮਿਲੇ ਅੰਗਰ ਕੋਰਵਟ ਦੇ ਮੰਦਰਾਂ ਤੋਂ ਜਿਹੜੀ ਹੈਗੀ ਆ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਮਿਲਦੀ ਆ, ਜਾਂ ਭਾਰਤ ਦੀ ਸਭਿਅਤਾ ਜਿਹੜੀ ਕਿਤੇ ਕਿਤੇ ਏਸ਼ੀਆ ਦੇ ਵਿੱਚ ਕਿਤੇ ਕਿਤੇ ਤੱਕ ਫੈਲੀ ਉਸ ਦੇ ਬਾਰੇ ਸਾਨੂੰ ਪਤਾ ਲੱਗਦਾ ਨਾਲ ਗੁਆਂਢੀ ਦੇਸ਼ਾਂ ਤੋਂ। ਇਹਨਾਂ ਤੋਂ ਸਾਨੂੰ ਉਸ ਸਮੇਂ ਉਸ ਯੁੱਗ ਦੀ ਭਵ ਨਿਰਮਾਣ ਕਲਾ ਤੇ ਮੂਰਤੀ ਕਲਾ ਦੇ ਵਿਕਾਸ ਦੇ ਸੰਬੰਧ ਦੇ ਵਿੱਚ ਸਾਨੂੰ ਜਿਹੜੀ ਮਹੱਤਵਪੂਰਨ ਜਾਣਕਾਰੀ ਉਹ ਮਿਲਦੀ ਹੈ। ਕਿਹਨਾਂ ਤੋਂ? ਯਾਦਗਾਰਾਂ ਜਿਹੜੀਆਂ ਬਣੀਆਂ ਨੇ ਸਮਾਰਕ, ਜਿਹਨਾਂ ਦੇ ਵਿੱਚ ਭਵਨ ਆ ਗਏ, ਮਹਿਲ ਆ ਗਏ, ਮੰਦਰ ਆ ਗਏ, ਕੁਛ ਵੀ ਆ ਗਿਆ, ਜੋ ਵੀ ਪੁਰਾਣੀ ਮਤਲਬ ਕਿ ਮਹਿਲਾਂ ਮਤਲਬ ਕਿ ਆ ਜਾਂਦੀਆਂ ਨੇਗੀਆਂ। ਫਿਰ ਇਹਦਾ ਕੰਕਲੂਜਨ ਕੀ ਨਿਕਲਦਾ ਗਾ ਕਿ ਉਪਰੋਕਤ ਸੋਮਿਆਂ ਦੇ ਆਧਾਰ ਤੇ ਜਿਹੜਾ ਹੈਗਾ ਪ੍ਰਾਚੀਨ ਯੁੱਗ ਦੇ ਭਾਰਤੀ ਇਤਿਹਾਸ ਦੀ ਰੂਪ ਰੇਖਾ ਪੇਸ਼ ਕਰਨ ਦੀਆਂ ਜੋ ਵਿਦਵਾਨਾਂ ਨੇ ਸਫਲ ਕੋਸ਼ਿਸ਼ਾਂ ਕੀਤੀਆਂ ਨੇ, ਇਸ ਦੇ ਬਾਵਜੂਦ ਸਾਨੂੰ ਜਿਹੜੇ ਇਹ ਤੱਥ ਸਵੀਕਾਰ ਕਰਨਾ ਹੋਵੇ ਕਿ ਉਸ ਸਮੇਂ ਉਪਲਬਧ ਸੋਮੇ ਸਿਰਫ ਭਾਰਤੀ ਸੱਭਿਆਚਾਰਕ ਜੀਵਨ ਤੇ ਕਾਫੀ ਚਾਨਣਾ ਪਾਉਂਦੇ ਨੇ, ਜਦੋਂ ਕਿ ਰਾਜਨੀਤਿਕ ਇਤਿਹਾਸ ਦੇ ਕਈ ਪੱਖ ਹੁਣ ਵੀ ਅਜੇ ਧੁੰਦਲੇ ਨੇ। ਵੀ ਸਾਨੂੰ ਕਹਿਣ ਤੋਂ ਭਾਵ ਕੀ ਹੈ ਕਿ ਸਾਨੂੰ ਇਤਿਹਾਸ ਦੇ ਬਾਰੇ ਬਹੁਤ ਕੁਝ ਪਤਾ ਲੱਗਦਾ ਹੈਗਾ, ਪਰ ਜਿਹੜਾ ਰਾਜਨੀਤਿਕ ਇਤਿਹਾਸ ਆ ਉਸ ਦੇ ਚੈਪਟਰ ਨੇ ਜੇ ਜਾਂ ਜਿਹੜੇ ਉਸ ਦੇ ਭਾਗ ਨੇ ਹਜੇ ਵੀ ਸਾਨੂੰ ਅਜੇ ਧੁੰਦਲੇ ਦਿਸਦੇ ਆ, ਕਿਉਂਕਿ ਸਾਨੂੰ ਇਤਿਹਾਸ ਦੇ ਨਾਲ ਜਿਹੜੇ ਜਿੰਨੇ ਵੀ ਸੰਬੰਧਿਤ ਸੋਮੇ ਨੇਗੇ ਉਹਨਾਂ ਦੇ ਵਿੱਚ ਸ਼ੁਰੂ ਦੇ ਵਿੱਚ ਜਿਹੜੀਆਂ ਅੜਚਣਾਂ ਸੀਗੀਆਂ, ਅੜਚਣਾ ਕੀ ਨੇ ਉਹਨਾਂ ਦੇ ਬਾਰੇ ਚਰਚਾ ਕੀਤੀ ਸੀ, ਉਸ ਤੋਂ ਸਾਨੂੰ ਕਲੀਅਰ ਹੋ ਜਾਂਦਾ ਕਿ ਉਹਨਾਂ ਅੜਚਣਾਂ ਦੇ ਕਰਕੇ ਸਾਨੂੰ ਜਿਹੜਾ ਅੱਜ ਵੀ ਪੂਰਾ ਭਾਰਤ ਦਾ ਇਤਿਹਾਸ ਆ ਉਹ ਸਾਨੂੰ ਨਹੀਂ ਮਿਲਦਾ, ਪਰ ਫਿਰ ਵੀ ਸਾਨੂੰ ਅੱਜ ਜੋ ਇਤਿਹਾਸ ਮਿਲਦਾ ਹੈਗਾ ਉਸ ਤੋਂ ਅਸੀਂ ਜਿਹੜਾ ਇੱਕ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿਸ ਤਰ੍ਹਾਂ ਦਾ ਇਤਿਹਾਸ ਸਾਡਾ ਵਾਪਰਿਆ ਗਾ। ਉਦਾਹਰਣ ਦੇ ਤੌਰ ਤੇ ਅਸ਼ੋਕ ਦੇ ਮੁੱਢਲੇ ਜੀਵਨ, ਹਰਸ਼ ਵਰਧਨ ਦੀਆਂ ਜਿੱਤਾਂ, ਕਨਿਸ਼ਕ ਦੇ ਰਾਜ ਗ੍ਰਹਿਣ ਕਰਨ ਦੀ ਤਾਰੀਖ ਤੇ ਗੁਪਤ ਵੰਸ਼ ਦੀਆਂ ਉਤਪਤੀ ਦੇ ਬਾਰੇ ਜਿਹੜਾ ਬਾਰੇ ਵਿੱਚ ਵਿਦਵਾਨਾਂ ਦੇ ਬਹੁਤ ਜਿਹੜੇ ਮਤਭੇਦ ਨੇ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ, ਤੇ ਇਹ ਆਸ ਕੀਤੀ ਜਾਂਦੀ ਹੈ ਕਿ ਇਸ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਅਨੇਕਾਂ ਵਿਦਵਾਨ ਆਪਣੇ ਅਣਥੱਕ ਯਤਨਾਂ ਰਾਹੀਂ ਛੇਤੀ ਹੀ ਭਾਰਤ ਦੇ ਇਤਿਹਾਸ ਦੇ ਇਹਨਾਂ ਧੁੰਦਲੇ ਪੱਖਾਂ ਦੇ ਉੱਤੇ ਰੋਸ਼ਨੀ ਪਾਉਣ ਦੇ ਵਿੱਚ ਸਫਲ ਹੋ ਜਾਣਗੇ, ਇੱਕ ਆਸ ਜਿਹੜੀ ਕੀਤੀ ਜਾ ਰਹੀ ਆ। ਇਸ ਨਾਲ ਭਾਰਤੀ ਇਤਿਹਾਸ ਦਾ ਅਸਲ ਚਿੱਤਰ ਪੇਸ਼ ਕੀਤਾ ਜਿਹੜਾ ਜਾ ਸਕੇਗਾ। ਇਸ ਲੈਕਚਰ ਦੇ ਨਾਲ ਹੀ ਆਪਣਾ ਜਿਹੜਾ ਪ੍ਰਾਚੀਨ ਭਾਰਤ ਦੇ ਮੁੱਖ ਜਿਹੜੇ ਸਰੋਤ ਸੀਗੇ ਉਹ ਟੌਪਿਕ ਅੱਜ ਆਪਣਾ ਇਸ ਖਤਮ ਹੋ ਜਾਂਦਾ ਗਾ।